ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨੂ ਮੋੜ ਤੇ ਇਸ ਵੀਡੀਓ ਵਿੱਚ ਆਪਾਂ এনवायरमेंट ਇਸ਼ੂ ਦੇ ਰਿਗਾਰਡਿੰਗ ਟਾਪ ਇੰਪੋਰਟੈਂਟ ਤੇ ਐਕਸਪੈਕਟਿਡ ਕੁਐਸਚਨਸ ਨੂੰ ਕਵਰ ਕਰਾਂਗੇ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦਾ ਕਿ ਕੁਝ ਦਿਨਾਂ ਤੋਂ ਜੋ ਕਿ ਕਲਾਸਸ ਅ ਪ੍ਰੋਪਰ ਢੰਗ ਨਾਲ ਤੁਹਾਨੂੰ ਪ੍ਰੋਵਾਈਡ ਨਹੀਂ ਹੋ ਪਾਰੀ ਦੋਸਤੋ ਮੇਰੇ ਕੋਲ ਥੋੜਾ ਦਾ ਟਾਈਮ ਦੀ ਘਾਟ ਹੋ ਚੁੱਕੀ ਹੈ ਘਾਟ ਕਿਵੇਂ ਹੋ ਚੁੱਕੀ ਹੈ ਟਾਈਮ ਦੀ ਆਪਾਂ ਕਿਉਂਕਿ ਮੈਂ ਇਸ ਮੰਥ ਵਿੱਚ ਸ਼ਾਦੀ ਫਿਕਸ ਹੋ ਚੁੱਕੀ ਹੈ ਮੇਰੀ ਵਿਆਹ ਕਰ ਰਿਹਾ ਮੈਂ ਇਸ ਮੰਥ ਵਿੱਚ ਤਾਂ ਕਰਕੇ ਥੋੜਾ ਜਿਹਾ ਸ਼ਾਪਿੰਗ ਵਗੈਰਾ ਕਰਨ ਚ ਬਿਜੀ ਸੀ ਹੈਨਾ ਤਾਂ ਕਰਕੇ ਮੈਂ ਕਲਾਸਸ ਪ੍ਰੋਵਾਈਡ ਨਹੀਂ ਕਰਵਾ ਪਾ ਰਿਹਾ ਸਹੀ ਢੰਗ ਨਾਲ ਬਾਕੀ ਆਲਮੋਸਟ ਜਿਹੜਾ ਕਿ ਫੋਰੈਸਟ ਗਾਰਡ ਦਾ ਸਿਲੇਬਸ ਦੇ ਰਿਗਾਰਡਿੰਗ ਇੰਪੋਰਟੈਂਟ ਟੌਪਿਕਸ ਨੇ ਉਹ ਸਾਰੇ ਆਪਣੇ ਚੈਨਲ ਤੇ ਕਵਰ ਹੋ ਚੁੱਕੇ ਨੇ ਮਤਲਬ ਸਾਰੇ ਹੀ ਟੌਪਿਕਸ ਦੇ ਰਿਗਾਰਡਿੰਗ ਲਗਭਗ ਮੈਂ ਸਾਰੇ ਹੀ ਕਲਾਸਸ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਤੇ ਇੱਕ ਗੱਲ ਹੋਰ ਦੋਸਤੋ ਮੇਰਾ ਦੂਸਰਾ ਚੈਨਲ ਹੈ ਮੰਨੂ ਮੋਡ ਬਲੌਗ ਦੇ ਨਾਮ ਤੇ YouTube ਤੇ ਸਰਚ ਕਰਕੇ इजीली ਤੁਹਾਨੂੰ ਮਿਲ ਜਾਏਗਾ ਉਸ ਨੂੰ ਵੀ ਸਬਸਕ੍ਰਾਈਬ ਕਰ ਲੋ ਉਸ ਚੈਨਲ ਤੇ ਜਿਹੜੇ ਵੀ ਮੇਰੇ ਵਿਆਹ ਦੇ ਰਿਗਾਰਡਿੰਗ ਮੈਂ ਵੀਡੀਓਜ਼ ਅਪਲੋਡ ਕਰਾਂਗਾ ਤਾਂ ਕਿ ਤੁਹਾਨੂੰ ਮਿਲਦੀ ਰਹੇ ਅਤੇ ਤੁਸੀਂ ਵੀ ਮੇਰੇ ਵਿਆਹ ਦੀ ਜਿਹੜੀ ਵੀ ਖੁਸ਼ੀ ਹੈ ਨਾ ਉਸ ਵਿੱਚ ਸ਼ਾਮਿਲ ਹੋ ਸਕੋ ਠੀਕ ਹੈ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਕਾਫੀ ਚੰਗੇ-ਚੰਗੇ ਬਲੌਗ ਤੁਹਾਨੂੰ ਉਸ ਚੈਨਲ ਤੇ ਵੀ ਦੇਖਣ ਨੂੰ ਮਿਲ ਜਾਣਗੇ ਓਕੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਕੁਐਸਚਨ ਨੰਬਰ 1 ਦੀ ਗੱਲ ਕਰੀਏ ਗ੍ਰੀਨ ਹਾਊਸ ਪ੍ਰਵਾਹ ਤੋਂ ਕੀ ਭਾਵ ਹੈ ਗ੍ਰੀਨ ਹਾਊਸ ਫੈਕਟਰ ਸਭ ਨੇ ਸੁਣਿਆ ਹੋਇਆ ਮਤਲਬ ਇਹ ਚੀਜ਼ ਕੀ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਨੇ نیچے ਨੇ ਤੇ ਇਹਨਾਂ ਵਿੱਚ ਜਿਦੋਂ ਤੁਹਾਨੂੰ ਕੁਐਸਚਨ ਦਾ ਜਵਾਬ ਪਤਾ ਹੈ ਤਾਂ ਫਟਾਫਟ ਵੀਡੀਓ ਵਿੱਚ ਕਮੈਂਟ ਜ਼ਰੂਰ ਕਰ ਦਿਆ ਕਰੋਗੇ ਤੇ ਇਹਦਾ ਜਿਹੜਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ A ਗਲੋਬਲ ਤਾਪਮਨ ਵਿੱਚ ਵਾਧਾ ਹੋਣ ਨਾਲ ਕੀ ਗ੍ਰੀਨ ਹਾਊਸ ਪ੍ਰਵਾਹ ਵੱਧਦਾ ਹੈ ਠੀਕ ਹੈ ਜਿਵੇਂ ਜਿਵੇਂ ਆਪਣਾ ਟੈਂਪਰੇਚਰ ਐਟਮੋਸਫੇਅਰ ਵਿੱਚ ਟੈਂਪਰੇਚਰ ਵੱਧਦਾ ਰਹਿੰਦਾ ਹੈ ਉਸੇ ਤਰ੍ਹਾਂ ਗ੍ਰੀਨ ਹਾਊਸ ਪ੍ਰਵਾਹ ਦਾ ਵੀ ਇਫੈਕਟ ਵੱਧਦਾ ਰਹਿੰਦਾ ਹੈ ਓਕੇ ਕੁਐਸਚਨ ਨੰਬਰ 2 ਦੀ ਗੱਲ ਕਰੀਏ ਕਿਹੜਾ ਦੇਸ਼ 2022 ਵਿੱਚ ਸੀਓਪੀ ਯਾਨੀ ਕੋਪ 27 ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਕਾਫੀ ਇੰਪੋਰਟੈਂਟ ਕੁਐਸਚਨ ਹੈ ਕਰੰਟ ਅਫੇਅਰ ਦੇ ਪੁਆਇੰਟ ਆਫ View ਨਾਲ ਵੀ ਕਾਫੀ ਇੰਪੋਰਟੈਂਟ ਹੈ ਐਗਜ਼ਾਮ ਵਿੱਚ ਬਣ ਸਕਦਾ ਤਾਂ ਕਰਕੇ ਯਾਦ ਰੱਖਿਓ ਇਹੜਾ ਅੰਤਰਰਾਸ਼ਟਰੀ ਜਲਵਾਯੂ ਸੰਮੇਲਨ ਹੈ 2022 ਵਿੱਚ ਇਸ ਦੀ ਮੇਜ਼ਬਾਨੀ ਕਿਹੜਾ ਦੇਸ਼ ਕਰੇਗਾ ਤਾਂ ਆਪਸ਼ਨ ਨੰਬਰ ਬੀ ਏਜੀਪਟ ਇਸ ਮੀਟਿੰਗ ਦੀ ਜਿਹੜੀ ਮੇਜ਼ਬਾਨੀ ਕਰੇਗਾ ਠੀਕ ਹੈ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਓਕੇ ਇਸ ਵਾਰ ਕੁਐਸਚਨ ਨੰਬਰ 3 ਦੀ ਗੱਲ ਕਰੀਏ ਅੰਤਰਰਾਸ਼ਟਰੀ ਸੋਰ ਗਠਜੰਦਨ ਦੇ ਮੈਂਬਰ ਵਜੋਂ ਕਿਹੜਾ ਦੇਸ਼ ਨਵਾਂ ਸ਼ਾਮਿਲ ਹੋਇਆ ਹੈ ਮਤਲਬ ਕਿ ਪਹਿਲਾਂ ਕੀ ਸੀ 101 ਦੇਸ਼ ਇਨਕਲੂਡ ਸੀ ਇਸ ਗਠ ਗਠਜੰਦਨ ਵਿੱਚ ਇਹ ਜਿਹੜਾ ਅੰਤਰਰਾਸ਼ਟਰੀ ਸੋਰ ਗਠਬੰਧਨ ਹੈ 101 ਹੁਣ ਨਵਾਂ ਇੱਕ ਦੇਸ਼ ਜਿਹੜਾ ਇਸ ਵਿੱਚ ਇਨਕਲੂਡ ਹੋਇਆ ਹੈ ਜਿਹੜਾ ਕਿ 102ਵਾਂ ਦੇਸ਼ ਬਣ ਗਿਆ ਠੀਕ ਹੈ ਤੇ ਕਿਹੜਾ ਦੇਸ਼ ਇਨਕਲੂਡ ਹੋਇਆ ਇਸ ਗੰਡਲ ਗਠਬੰਧਨ ਵਿੱਚ ਤਾਂ ਐਂਟੀਗੁਆ ਤੇ ਬਰਮੁੰਡਾ ਇਹ ਦੇਸ਼ ਨੇ ਜੋ ਕਿ ਇਸ ਅੰਤਰਰਾਸ਼ਟਰੀ ਸੋਰ ਗਠਬੰਧਨ ਵਿੱਚ ਸ਼ਾਮਿਲ ਹੋਇਆ ਠੀਕ ਹੈ ਇਸ ਵਕਤ ਕੁਐਸਚਨ ਨੰਬਰ 4 ਦੀ ਗੱਲ ਕਰ ਰਿਹਾ ਵੈਰੀ ਇੰਪੋਰਟੈਂਟ ਕੁਐਸਚਨ ਹੈ ਕਾਫੀ ਵਾਰ ਐਗਜ਼ਾਮ ਵਿੱਚ ਇਹ ਰਿਪੀਟ ਹੋਇਆ ਹੈ ਤੇ ਯਾਦ ਰੱਖਿਓ ਬਿਹਾਰ ਦਾ ਦੂਜਾ ਟਾਈਗਰ ਰਿజర్ਵ ਕਿੱਥੇ ਬਣਾਇਆ ਗਿਆ ਹੈ ਬਿਹਾਰ ਵਿੱਚ ਇੱਕ ਪਹਿਲਾ ਸੀ ਤੇ ਇੱਕ ਹੁਣ ਸੈਕੰਡ ਬਣਾਇਆ ਗਿਆ ਹੈ ਟਾਈਗਰ ਰਿజర్ਵ ਜਿਸ ਵਿੱਚ ਕੀ ਹੁੰਦਾ ਹੈ ਟਾਈਗਰਸ ਨੇ ਜਿਹੜੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਸੇਵ ਕੀਤਾ ਜਾਂਦਾ ਹੈ ਤਾਂ ਬਿਹਾਰ ਵਿੱਚ ਇਹ ਕਿੱਥੇ ਬਣਾ ਹੈ ਯਾਦ ਰੱਖਿਓ ਕੈਮੂਰ ਵਿੱਚ ਬਣਾ ਇਹ ਬਿਹਾਰ ਦਾ ਇੱਕ ਸਥਾਨ ਹੈ ਜਿੱਥੇ ਟਾਈਗਰ ਰਿజర్ਵ ਸੈਕੰਡ ਟਾਈਗਰ ਰਿజర్ਵ ਬਣੇਗਾ ਠੀਕ ਹੈ ਯਾਦ ਰੱਖਿਓ ਬਿਹਾਰ ਵਿੱਚ ਡਾਇਰੈਕਟ ਐਗਜ਼ਾਮ ਲਈ ਤੁਹਾਡੇ ਤੋਂ ਸਿਰਫ ਰਾਜ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਤੇ ਦਾ ਬਿਹਾਰ ਦੇ ਅੰਦਰ ਕਿੱਥੇ ਬਣਾਇਆ ਇਹ ਕੈਮੂਰ ਵਿੱਚ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਵਾਲਮੀਕੀ ਟਾਈਗਰ ਰਿਜ਼ਰਵ ਕਿਸ ਰਾਜ ਵਿੱਚ ਸਥਿਤ ਹੈ ਵਾਲਮੀਕੀ ਤੇ ਜਿਵੇਂ ਆਪਾਂ ਕੁਐਸਚਨ ਨੰਬਰ 5 ਵਿੱਚ ਪੜਿਆ ਉਸੇ ਤਰ੍ਹਾਂ ਬਿਹਾਰ ਬਿਹਾਰ ਵਿੱਚ ਇਹ ਸਭ ਤੋਂ ਪਹਿਲਾਂ ਬਣਿਆ ਸੀ ਟਾਈਗਰ ਰਿਜ਼ਰਵ ਜਿਹੜਾ ਸੈਂਚਰੀ ਸੀ ਇਹ ਸਭ ਤੋਂ ਪਹਿਲਾਂ ਬਿਹਾਰ ਵਿੱਚ ਇਹ ਬਣੀ ਸੀ ਉਸ ਤੋਂ ਬਾਅਦ ਸੈਕਿੰਡ ਕੁਐਸਚਨ ਨੰਬਰ 5 ਦੇ ਅਕੋਰਡਿੰਗ ਬਣ ਗਿਆ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 6 ਦੀ ਗੱਲ ਕਰੀਏ ਭਾਰਤ ਵਿੱਚ ਨਵੇਂ ਬਣੇ ਟਾਈਗਰ ਰਿਜ਼ਰਵ ਦੇਖੋ ਪੂਰੇ ਭਾਰਤ ਦੀ ਗੱਲ ਹੋ ਰਹੀ ਹੈ ਅਤੇ ਭਾਰਤ ਵਿੱਚ ਇਹ ਤਿੰਨ ਟਾਈਗਰ ਰਿਜ਼ਰਵ ਜਿਹੜੇ ਇੱਕ ਤਸਰੀਵਲੀ ਪਾਥਰੂ ਮੇਗਮਲਾਈ ਜਿਹੜਾ ਕਿ ਤਾਮਿਲਨਾਡੂ ਵਿੱਚ ਬਣਿਆ ਹੈ ਤੇ ਸੈਕੰਡ ਬਣਿਆ ਜਿਹੜਾ ਉਹ ਰਾਮਕਰ ਵਿਸ਼ਤਾਰੀ ਰਾਜਸਥਾਨ ਵਿੱਚ ਇਹ ਬਣਿਆ ਹੈ ਤੇ ਇਸ ਤੋਂ ਇਲਾਵਾ ਤੀਜਾ ਜਿਹੜਾ ਉਹ ਗੁਰੂ ਕਾਸੀਦਾਸ ਨੈਸ਼ਨਲ ਪਾਰਕ ਇਹ ਛੱਤੀਸਗੜ੍ਹ ਵਿੱਚ ਬਣਿਆ ਠੀਕ ਹੈ ਯਾਦ ਰੱਖੋ ਇਗਜ਼ਾਮ ਦੇ ਪੁਆਇੰਟ ਆਫ व्यू ਨਾਲ ਕਾਫੀ ਇੰਪੋਰਟੈਂਟ ਹੈ ਸੋਅੱਥ ਕੁਐਸਚਨ ਨੰਬਰ 7 ਦੀ ਗੱਲ ਕਰੀਏ ਕਿਹੜਾ ਪਾਵਰ ਸਟੇਸ਼ਨ ਨੂੰ ਬਲੂ ਪਲੈਨੈਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਕਰੰਟ ਅਫੇਅਰ ਵਿੱਚ ਇਹ ਮਨ ਸਕਦਾ ਕਿਉਂਕਿ ਨਿਊਜ਼ ਵਿੱਚ ਕਾਫੀ ਪਰਚਲਿਤ ਰਹੀ ਹੈ ਇਹ ਨਿਊਜ਼ ਬਲੂ ਬਲੂ ਪਲੈਨੈਟ ਦੀ ਤੇ ਇਹ ਅਵਾਰਡ ਕਿਹੜੇ ਪਾਵਰ ਸਟੇਸ਼ਨ ਨੂੰ ਮਿਲਿਆ ਇਹ ਟੈਸਟਾ 5 ਨਾਮਕ ਇੱਕ ਪਾਵਰ ਸਟੇਸ਼ਨ ਹੈ ਜੋ ਸਿੱਕਮ ਵਿੱਚ ਹੈ ਠੀਕ ਹੈ ਇਮਰ ਐਗਜ਼ਾਮ ਵਿੱਚ ਪੁੱਛ ਲੈ ਜਾਂਦਾ ਕਿ ਟੈਸਟਾ 5 ਪਾਵਰ ਸਟੇਸ਼ਨ ਇਹ ਕਿੱਥੇ ਸਥਿਤ ਹੈ ਤਾਂ ਸਿੱਕਮ ਤੁਸੀਂ ਯਾਦ ਰੱਖੋ ਸਿੱਕਮ ਵਿੱਚ ਹੈ ਤੇ ਟੈਸਟ ਆਫ 5 ਨੂੰ ਜਿਹੜਾ ਕਿ ਬਲੂ ਪੈਲੈਂਟ ਅਵਾਰਡ ਮਿਲਿਆ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 8 ਦੀ ਗੱਲ ਕਰੀਏ ਭਾਰਤ ਸਰਕਾਰ ਦੁਆਰਾ ਵਾਤਾਵਰਣ ਐਕਟ ਕਦੋਂ ਪਾਸ ਕੀਤਾ ਗਿਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਲਗਭਗ ਹਰ ਐਗਜ਼ਾਮ ਵਿੱਚ ਹੀ ਤੁਹਾਨੂੰ ਇਹ ਕੁਐਸਚਨ ਦੇਖਣ ਨੂੰ ਮਿਲੇਗਾ ਠੀਕ ਹੈ ਇਹ ਯਾਦ ਰੱਖਿਓ ਜਿਹੜਾ ਕਿ ਵਾਤਾਵਰਣ ਐਕਟ ਕਦੋਂ ਲਾਂਚ ਹੋਇਆ ਸੀ ਮਤਲਬ ਕਿ ਕਦੋਂ ਪਾਸ ਕੀਤਾ ਗਿਆ ਸੀ ਆਪਸ਼ਨ ਨੰਬਰ ਡੀ 1986 ਇਸ ਵਿੱਚ ਇਹ ਲਾਂਚ ਕੀਤਾ ਗਿਆ ਸੀ ਓਕੇ ਯਾਦ ਰੱਖਿਓ ਇਹ ਚੀਜ਼ ਵੀ ਕਵੈਸਚਨ ਨੰਬਰ 9 ਦੀ ਗੱਲ ਕਰੀਏ ਭਾਰਤ ਸਰਕਾਰ ਦੁਆਰਾ ਜਲ ਐਕਟ ਕਦੋਂ ਪਾਸ ਕੀਤਾ ਗਿਆ ਸੀ ਹੁਣ ਇੱਥੇ ਆਪਾਂ ਕਨਫਿਊਜ਼ ਨਹੀਂ ਹੋਣਾ ਕਿਉਂਕਿ ਆਪਾਂ ਨੂੰ ਜਿਹੜਾ ਵਾਤਾਵਰਣ ਐਕਟ ਦਾ ਆਪਸ਼ਨ ਵੀ ਮਿਲ ਜਾਵੇਗਾ 1986 ਇਸ ਤੋਂ ਰਹਾ ਜਲ ਐਕਟ ਬਾਰੇ ਤੁਸੀਂ ਯਾਦ ਰੱਖੋ 1974 ਵਿੱਚ ਇਹ ਐਕਟ ਪਾਸ ਕੀਤਾ ਗਿਆ ਸੀ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੋ ਜਾਵੇਗਾ ਠੀਕ ਹੈ ਇਸ ਵਾਰ ਕਵੈਸਚਨ ਨੰਬਰ 10 ਦੀ ਗੱਲ ਕਰੀਏ ਡੀ ਡੀ ਟੀ ਡੈਸ਼ ਦਾ ਕਾਰਨ ਬਣ ਸਕਦੀ ਹੈ ਸਿੰਪਲ ਜਿਹਾ ਲੈ ਡੀ ਡੀ ਟੀ ਨੂੰ ਆਪਾਂ ਮੇਨਲੀ ਪਾਣੀ ਵਿੱਚ ਘੋਲ ਕੇ ਫਿਰ ਆਪਣੀ ਫਸਲਾਂ ਤੇ ਯੂਜ਼ ਕਰਦੇ ਆ ਨਾ ਤੇ ਕਈ ਹੁੰਦੇ ਛੱਪੜਾਂ ਵਿੱਚ ਜਾਂ ਤਲਾਵਾਂ ਵਿੱਚ ਸਿੱਧੀ ਹੀ ਡੀਡੀਟੀ ਫੈਕਰੀਂ ਦੇ ਨੇ ਤੇ ਉੱਥੋਂ ਪਾਣੀ ਯੂਜ਼ ਕਰਕੇ ਫਸਲਾਂ ਦਾ ਤਬਾਹ ਦੇ ਦਿੰਦੇ ਨੇ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋਗਾ ਜਲ ਪੋਦਿਆਂ ਵਿੱਚ ਜੈਵਿਕ ਪਰਦਰਸ਼ੀ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ ਕੁਐਸਚਨ ਨੰਬਰ 11 ਦੀ ਗੱਲ ਕਰੀਏ ਰੀਸਾਈਕਲ ਕਿਤੇ ਪਲਾਸਟਿਕ ਪਾਊਡਰ ਪਲਾਸਟਿਕ ਪਾਊਡਰ ਨੂੰ ਕੀ ਕਹਿੰਦੇ ਨੇ ਜਿਹੜੇ ਰੀਸਾਈਕਲ ਵੇਸਟ ਪਲਾਸਟਿਕ ਹੁੰਦੀ ਹੈ ਜਿਹੜੀ ਉਸ ਨੂੰ ਰੀਸਾਈਕਲ ਕਰਕੇ ਪਾਊਡਰ ਦੀ ਫਾਰਮ ਵਿੱਚ ਯੂਜ਼ ਕਰਨ ਲਈ ਕਰ ਦਿੱਤਾ ਜਾਂਦਾ ਮਤਲਬ ਕਿ ਪਾਊਡਰ ਦੇ ਫਾਰਮ ਵਿੱਚ ਬਣਾ ਲਿੱਤਾ ਜਾਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਤਾਂ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੋਵੇਗਾ ਪੋਲੀਬਲੈਂਡ ਉਸ ਨੂੰ ਇਹ ਜਾਂਦਾ ਓਕੇ ਯਾਦ ਰੱਖੋ ਐਗਜ਼ਾਮ ਦੇ ਪੋਂਟ ਆਫ व्यू ਨਾਲ ਕਾਫੀ ਇੰਪੋਰਟੈਂਟ ਕੁਐਸਚਨ ਨੰਬਰ 12 ਦੀ ਗੱਲ ਕਰੀ ਈ ਕਚਰਾ ਜਾਂ ਈ ਵੇਸਟ ਲਈ ਕੀ ਹਵਾਲਾ ਦਿੱਤਾ ਜਾ ਸਕਦਾ ਹੈ ਸਿੰਪਲ ਜੀ ਗੱਲ ਹੈ ਈ ਫੋਰ ਇਲੈਕਟ੍ਰੋਨਿਕ ਵੇਸਟ ਈ ਵੇਸਟ ਨੂੰ ਕੀ ਕਿਹਾ ਜਾਂਦਾ ਹੈ ਇਲੈਕਟ੍ਰੋਨਿਕ ਵੇਸਟ ਕਿਹਾ ਜਾਂਦਾ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ A ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਗ੍ਰੀਨ ਹਾਊਸ ਡੈਸ਼ ਹੈ ਜਿਹੜੀ ਗੈਸਾਂ ਨੇ ਇਹਨਾਂ ਵਿੱਚ ਗ੍ਰੀਨ ਹਾਊਸ ਪ੍ਰਭਾਵ ਲਈ ਜ਼ਿੰਮੇਵਾਰ ਹੈ ਜਿਹੜੀ ਉਹ ਆਪਸ਼ਨ ਨੰਬਰ A ਕਾਰਬਨ ਡਾਈਆਕਸਾਈਡ ਤੇ ਮੀਥੇ ਇਹ ਜਿਹੜੀ ਦੋ ਗੈਸਾਂ ਨੇ ਗ੍ਰੀਨ ਹਾਊਸ ਪ੍ਰਭਾਵ ਲਈ ਜ਼ਿੰਮੇਵਾਰ ਗੈਸਾਂ ਓਕੇ ਕੁਐਸਚਨ ਨੰਬਰ 14 ਦੀ ਗੱਲ ਕਰੀਏ ਡੈਸ਼ ਧਰਤੀ ਦਾ ਮੌਜੂਦਾ ਤਾਪਮਾਨ ਹੈ ਕਿੰਨਾ ਜਿਹੜੇ ਇਸ ਟਾਈਮ ਵਿੱਚ ਧਰਤੀ ਦਾ ਨਾਰਮਲੀ ਤਾਪਮਾਨ ਰਹਿੰਦਾ ਉਹ ਨਰਿੰਦਰ ਆਪਸ਼ਨ ਨੰਬਰ B 15 ਡਿਗਰੀ ਸੈਲਸੀਅਸ ਤੱਕ ਮੌਜੂਦਾ ਧਰਤੀ ਦਾ ਇਹ ਤਾਪਮਾਨ ਹੈ। ਓਕੇ। ਕੁਐਸਚਨ ਨੰਬਰ 15 ਦੀ ਗੱਲ ਕਰੀਏ ਕਿਹੜੇ ਸਾਲ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਹਰ ਵਿਸ਼ੇ ਵਿੱਚ ਵਾਤਾਵਰਣ ਵਾਤਾਵਰਣ ਦੀ ਸਿੱਖਿਆ ਨੂੰ ਲਾਜ਼ਮੀ ਵਿਸ਼ਾ ਬਣਾਇਆ ਸੀ। ਮਤਲਬ ਕਿ ਆਪਣੇ ਸਬਜੈਕਟ ਨੇ ਉਹਨਾਂ ਵਿੱਚੋਂ ਵਾਤਾਵਰਣ ਜਿਹੜਾ ਉਹ ਮੈਨਡੇਟਰੀ ਕਰ ਦਿੱਤਾ। ਉਹ ਕਿਹੜੇ ਸਾਲ ਵਿੱਚ ਕੋਸ਼ਿਸ਼ ਕੀਤਾ ਗਿਆ ਸੀ ਇਹ? ਅਸੀਂ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ 2003 ਵਿੱਚ ਇਹ ਮੰਡੇਟਰੀ ਕਰ ਦਿੱਤਾ ਗਿਆ ਸੀ ਇਹ ਵਾਤਾਵਰਣ ਦੇ ਰਿਗਾਰਡਿੰਗ ਵੀ ਇੱਕ ਸਬਜੈਕਟ ਹੋਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਦੋਸਤੋ ਅੱਜ ਦੀ ਕਲਾਸ ਵਿੱਚ ਐਨੇ ਹੀ ਕੁਐਸਚਨ ਕਵਰ ਕਰਾਂਗੇ ਬਾਕੀ ਆਪਾਂ ਨੈਕਸਟ ਕਲਾਸ ਵਿੱਚ ਕਵਰ ਅਪ ਕਰ ਲਾਂਗੇ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਇਸ ਦੇ ਰਹਿ ਗਏ ਓਕੇ ਉਦੋਂ ਤੱਕ ਕਰਨਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਇੱਕ ਪੈਰਾ ਦਾ ਕਮੈਂਟ ਜਰੂਰ ਕਰ ਦਿਓ ਤੇ ਮੇਰਾ ਦੂਸਰਾ ਚੈਨਲ ਹੈ ਮਨੂ ਮੌਡ ਬਲੌਗ ਉਸ ਨੂੰ ਵੀ ਜਾ ਕੇ ਸਬਸਕ੍ਰਾਈਬ ਜਰੂਰ ਕਰ ਦਿਓ